ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨ ਦੇ ਤਹਿਤ ਕਰੋੜਾਂ ਰੁਪਏ ਦੀਆਂ ਗਰੰਟੀਆਂ ਵੰਡੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਰਿਆਸਤੀ ਸ਼ਹਿਰਾਂ ਨਾਭਾ ਵਿਖੇ ਪੰਜਾਬ ਦੇ ਮੁੱਖ ਮੰਤਰੀ 7 ਦਸੰਬਰ ਨੂੰ ਨਾਭਾ ਤੇ ਸਬ ਤਹਿਸੀਲੀ ਪਾਤਸ਼ਾਹ ਵਿਖੇ ਸੰਗਤ ਦਰਸ਼ਨ ਕਰਨਗੇ। ਇਸ ਦੀ ਜਾਣਕਾਰੀ ਨਾਭਾ ਹਲਕਾ ਦੇ ਉਮੀਦਵਾਰ ਕਬੀਰ ਦਾਸ ਜੀ ਨੇ ਦਿੱਤੀ। ਜਿਹੜਾ ਅੱਜ ਦੀ ਸਾਡਾ ਦਫ਼ਤਰ ਚ ਮੀਟਿੰਗ ਦਾ ਏਜੰਡਾ ਸੀ, ਸਾਡੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 7 ਤਰੀਕ ਨੂੰ ਹਲਕਾ ਨਾਭਾ ਵਿੱਚ ਸੰਗਤ ਦਰਸ਼ਨ ਕਰਨ ਲਈ ਆ ਰਹੇ ਨੇ। ਔਰ ਜੋ ਵੀ ਸਮੱਸਿਆਵਾਂ ਹੋਣਗੀਆਂ, ਜਿਵੇਂ ਪਹਿਲਾਂ ਮੌਕੇ 'ਤੇ ਹੀ ਹੱਲ ਕਰਦੇ ਆ ਸਾਡੇ ਮੁੱਖ ਮੰਤਰੀ ਸਾਹਿਬ, ਉਸੇ ਤਰ੍ਹਾਂ ਉਚੇਚਾ ਤੌਰ 'ਤੇ ਹਲਕੇ ਨਾਭੇ ਦੇ ਲਈ 7 ਤਰੀਕ ਨੂੰ ਆ ਰਹੇ ਨੇ। 2 ਅਸੀਂ ਪ੍ਰੋਗਰਾਮ ਰੱਖੇ ਆ, ਹੋ ਸਕਦਾ ਵੱਧ ਵੀ ਚਲੋ ਰੱਖ ਸਕਦੇ ਹਾਂ, ਉਹ ਸਾਡੇ 'ਤੇ ਡਿਪੈਂਡ ਹੈਗਾ। ਪਰ ਅਸੀਂ ਇਹ ਫੈਸਲਾ ਕੀਤਾ ਸੰਗਤ ਨੇ ਵੀ ਇੱਕ ਜਿਹੜਾ ਫੰਕਸ਼ਨ ਅਸੀਂ ਪਾਸੋਂ 2 ਬਲੌਕ ਨੇ, 2 ਕਮੇਟੀਆਂ ਨੇ, ਇੱਕ ਕਮੇਟੀ ਜਿਹੜੀ ਨਾਭੇ ਦੀ, ਨਾਭੇ ਬਲੌਕ ਦੇ ਪਿੰਡਾਂ ਦੀ, ਉਹ ਮੀਟਿੰਗ ਅਸੀਂ ਕਰਾਂਗੇ। ਦੂਜੀ ਜਿਹੜੀ ਹੈਗੀ ਆ ਪਾਸੋਂ ਕਮੇਟੀ ਦੀ ਔਰ ਪਾਸੋਂ ਦੇ ਪਿੰਡਾਂ ਦੀ ਮੀਟਿੰਗ। ਦੇਖੋ ਜੀ, ਮੈਂ ਨਾਭੇ ਦੇਖਿਆ, ਜਿਹੜਾ ਸੀਵਰੇਜ ਦਾ ਕੰਮ ਸੀ ਉਹ ਸਾਡਾ 90 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ, ਉਹ ਸਾਡੀ ਜਿਹੜੀ ਗ੍ਰਾਂਟ ਹੈ 25 ਕਰੋੜ ਰੁਪਏ ਆ ਚੁੱਕੀ ਹੈ ਔਰ ਹੋਰ ਵੀ ਆ ਰਹੀ ਹੈ, ਸਾਰੇ ਸ਼ਹਿਰ 'ਚ ਕੰਮ ਚੱਲ ਰਹੇ ਆ। ਔਰ ਗ੍ਰਾਮ ਪੰਚਾਇਤ ਦੀਆਂ ਬਹੁਤ ਸਾਰੀਆਂ ਜਿਹੜੀਆਂ ਡਿਮਾਂਡਾਂ ਨੇ, ਜਿਵੇਂ ਬੀੜ ਦੇ ਨਾਲ ਜਿਹੜੀ ਹੈਜਿੰਗ ਦੀ ਆ ਤਾਰ ਹੈ, ਉਹ ਬਹੁਤ ਵੱਡੀ ਲੋਕਾਂ ਦੀ ਸਮੱਸਿਆ। ਲੋਕਾਂ ਦੇ 10 ਜਿਹੜੇ ਪਿੰਡ ਨੇ ਨਾਲ ਲੱਗਦੇ ਨੇ, ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਜਿਹੜੀਆਂ ਅਵਾਰਾ ਗਊਆਂ ਨੇ, 6 ਕਿਲੋਮੀਟਰ ਦੀ ਤਾਰ ਹੈ, ਉਹ ਅਸੀਂ ਪਾਉਣੀ ਹੈ। ਔਰ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਤਾਂ ਹੋਣ ਵਾਲੇ ਨੇ, ਕਲੱਬਾਂ ਨੂੰ ਜਿੰਮ, ਜੋ ਵੀ ਕਲੱਬਾਂ ਦੀਆਂ ਡਿਮਾਂਡਾਂ ਨੇ, ਮਤਲਬ ਅਸੀਂ ਉਹ SC ਭਾਈਚਾਰੇ, ਜਿਹੜਾ ਮੇਰਾ ਦਲਿਤ ਭਾਈਚਾਰੇ ਦੀ ਆ, ਬਹੁਤ ਸਾਰੀਆਂ ਧਰਮਸ਼ਾਲਾ ਨੂੰ ਪੈਸੇ ਘੱਟ ਮਿਲੇ ਨੇ, ਉਹਨਾਂ ਨੂੰ ਵੀ ਅਸੀਂ ਹੁਣ ਪੈਸੇ ਹੋਰ ਦੇਵਾਂਗੇ। ਮੈਂ ਸਾਰਾ ਸਮੁੱਚਾ ਹਲਕਾ ਨਾਭਾ ਦੇ ਸਰਪੰਚ, ਸਰਪੰਚ ਸਾਹਿਬਾਨ, ਬਲਾਕ ਸਮਿਤੀ ਦੇ ਮੈਂਬਰ ਸਾਹਿਬਾਨ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ, ਸਾਰੇ ਕੌਂਸਲਰ, ਸਾਰੇ ਹੀ ਵਿੰਗਾਂ ਦੇ ਪ੍ਰਧਾਨ, ਸਾਡੇ ਸਮੁੱਚੇ ਸਾਡੇ ਸਰਕਲ ਦੇ ਪ੍ਰਧਾਨ, ਸਾਰੀ ਕਾਰਪੋਰੇਸ਼ਨ ਦੇ ਸਾਡੇ ਮੇਅਰ ਸਾਹਿਬ ਵੀ, ਬਾਕੀ ਵੀ ਸਾਰੇ ਪਹੁੰਚੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸ਼ੋਰਟ ਟਰਮ ਵਿੱਚ ਵੀ ਸੁਨੇਹਾ ਲਾ ਕੇ ਐਡਾ ਬੜਾ ਇਕੱਠ ਹੋਇਆ ਔਰ ਅਸੀਂ ਮੀਟਿੰਗ ਕੀਤੀ ਆ। ਜਦੋਂ ਏਜੰਡਾ ਸੀ ਉਹ ਇਹ ਹੈ ਵੀ 7 ਤਰੀਕ ਨੂੰ ਅਸੀਂ ਬਾਹਰ ਸਾਨੂੰ ਬੇਨਤੀ ਕੀਤੀ ਸੀ ਪਹਿਲਾਂ, ਜਿਸ ਦੇ ਕਬੀਰ ਦਾ ਟਿਕਟ ਮਿਲੀ ਹੈ ਕਿ 90 ਤੁਸੀਂ ਇੱਕ ਵਾਰੀ ਆਪ ਆ ਕੇ ਸਾਨੂੰ ਦੇਖਾ ਕੇ ਜਾਓ। ਉਹਨਾਂ ਨੇ 7 ਤਰੀਕ ਸਾਨੂੰ ਟਾਈਮ ਦਿੱਤਾ, ਇਕੱਲੇ ਟਾਈਮ ਮਿਲਿਆ, ਅੱਜ ਦੀ ਮੀਟਿੰਗ ਕਰ ਲਈ ਅਤੇ ਪਹਿਲਾਂ 9 ਵਜੇ ਅਸੀਂ ਪੰਜਾਬ ਪੈਲਸ ਨਾਭੇ ਕਰਾਂਗੇ। ਪਹਿਲਾਂ ਸੰਗਤ ਦਰਸ਼ਨ 141 ਪਿੰਡ ਨੇ, 70 ਪਿੰਡ ਪਹਿਲਾਂ ਕਰਾਂਗੇ ਅਤੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਭਾਰਸੋਂ ਮੰਡੀ ਦੇ ਵਿੱਚ ਅਸੀਂ ਰੱਖਿਆ, ਉਹ ਭਾਰਸੋਂ ਜੋ ਬਲੌਕ ਦੇ ਪਿੰਡ ਨੇ 70 ਪਿੰਡ ਉਹ ਕਰਾਂਗੇ ਅਤੇ ਨਾਲ ਸ਼ਹਿਰ ਹੋ ਜੂਗਾ ਅਤੇ ਨਾਲ ਮਿਊਂਸਪੈਲਟੀ ਉੱਥੇ ਵੀ ਹੋ ਜੂਗੀ, ਇੱਥੇ ਨਾ ਵੀ ਮਿਊਂਸਪੈਲਟੀ ਹੋ ਜੂਗੀ ਅਤੇ ਸਮੁੱਚੇ ਹਲਕੇ ਵਿੱਚ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ। ਔਰ ਕੰਮਾਂ ਕਰਨ ਜਿਹੜੀ ਗੱਲ ਹੈ, ਕੰਮ ਪਹਿਲਾਂ ਬਹੁਤ ਹੋਏ ਨੇ, ਕੋਈ ਇਹੀ ਗੱਲ ਨਹੀਂ ਹੈ, ਪਰੰਤੂ ਫਿਰ ਵੀ ਜਿਹੜਾ ਅਧੂਰੇ ਪਏ ਕੰਮ ਨੇ ਉਹਨਾਂ ਨੂੰ ਅਸੀਂ ਨੇਪਲੇ ਚਾੜਨਾ ਚਾਹੁੰਦੇ ਹਾਂ। ਨਾਭਾ ਤੋਂ ਸੁਖਚੈਨ ਸਿੰਘ, ਸਭ ਤੋਂ ਫਾਸਟ ਆਮਨੇ ਸਾਹਮਣੇ।